ਪੰਜਾਬ ਦੇ ਸਾਰੇ ਦੀ ਜਿਲਿਆਂ ਚ ਪੰਜਾਬ ਪੁਲਿਸ ਵੱਲੋਂ ਕਮਿਊਨਿਟੀ ਪੁਲਸਿੰਗ ਤੇ ਜ਼ੋਰ ਦਿੰਦਿਆ ਕੰਡਿਆਂ ਵਾਲੀ ਤਾਰ ਦੇ ਨਜ਼ਦੀਕ ਪਿੰਡਾਂ ਚ ਵੱਸੇ ਲੋਕਾਂ ਨਾਲ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਮੀਟਿੰਗ ਦਾ سلسلہ ਸ਼ੁਰੂ ਕੀਤਾ ਗਿਆ ਹੈ ਪੁਲਿਸ ਜਿਲ੍ਹਾ ਬਟਾਲਾ ਦੇ ਐਸਐਸਪੀ ਗੁਰਪ੍ਰੀਤ ਸਿੰਘ ਵੱਲੋਂ ਬਟਾਲਾ ਪੁਲਿਸ ਦੇ ਅਧੀਨ ਆਉਂਦੇ ਭਾਰਤ ਪਾਕਿਸਤਾਨ ਦੀ ਸਰਹਦੀ ਨੇੜਲੇ ਵੱਖ-ਵੱਖ ਪਿੰਡਾਂ ਚ ਖੁਦ ਆਪਣੀ ਸਥਾਨਿਕ ਪੁਲਿਸ ਟੀਮ ਨਾਲ ਪਹੁੰਚੇ ਉੱਥੇ ਵੱਸੇ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਭਾਰਤ ਜੀ ਜੀ ਸਰ ਮਾਨਯੋਗ ਡੀਜੀਪੀ ਪੰਜਾਬ ਏਡੀਜੀਪੀ ਲਾਅ ਐਂਡ ਆਰਡਰ ਤੇ ਸੀਨੀਅਰ ਅਫਸਰਾਂ ਦੇ ਜਿਹੜੇ ਆਦੇਸ਼ਾਂ ਦੇ ਅਨੁਸਾਰ ਅਸੀਂ ਜਿੰਨੇ ਵੀ ਸਾਡੇ ਬਾਰਡਰ ਦੇ ਨਾਲ ਇੰਡੋ ਪਾਕ ਬਾਰਡਰ ਦੇ ਨਾਲ ਜਿੰਨੇ ਵੀ ਪਿੰਡ ਲੱਗਦੇ ਨੇ ਸਾਡੇ ਲਗਭਗ 24 ਪਿੰਡ ਨੇ ਜਿਹੜੇ 5 ਕਿਲੋਮੀਟਰ ਦੀ ਹੱਦ ਦੇ ਅੰਦਰ ਅੰਦਰ ਨੇ ਇਹ ਉਹਨਾਂ ਦੀ ਹਦਾਇਤ ਦੇ ਉੱਤੇ ਅਸੀਂ ਉਹ ਸਾਰੇ ਹੀ ਪਿੰਡਾਂ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਅਸੀਂ ਸਾਰਿਆਂ ਦੇ ਕੋਲ ਜਾ ਰਹੇ ਹਾਂ ਉਹਨਾਂ ਦੇ ਕੋਲ ਜਾ ਕੇ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਕਮਿਊਨਿਟੀ ਪੁਲਿਸਿੰਗ ਦਾ ਉਹਦੇ ਵਿੱਚ ਅਸੀਂ ਇਹਨੂੰ ਮਜ਼ਬੂਤ ਕਰ ਰਹੇ ਹਾਂ ਸਾਡਾ ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਜਾਣਾ ਇਹਨਾਂ ਲੋਕਾਂ ਦੇ ਨਾਲ ਆਪਸੀ ਸਾਂਝ ਵਧਾਉਣੀ ਇਹਦੇ ਪਿੱਛੇ ਇਹਦੇ ਪਿੱਛੇ ਇੱਕ ਮਕਸਦ ਇਹ ਹੈ ਕਿ ਇੱਕ ਤੇ ਸਾਡੀ ਅਸੀਂ ਜਿਹੜੀ ਬੈਟਰ ਪੁਲਿਸਿੰਗ ਕਰਨੀ ਹੈ ਕਿਉਂਕਿ ਇਹ ਦੂਰ ਇਹ ਦੂਰ ਦਰਾਡੇ ਬਿਲਕੁਲ ਬਾਰਡਰ ਦੇ ਨੇੜੇ ਬਸੇ ਹੋਣ ਕਰਕੇ ਕਈਆਂ ਦੀਆਂ ਛੋਟੀਆਂ ਸੜਕਾਂ ਨੇ ਕੋਈ ਬਿਲਕੁਲ ਰਿਮੋਟ ਏਰੀਆ ਦੇ ਵਿੱਚ ਕੁਝ ਲੋਕ ਰਹਿੰਦੇ ਨੇ ਜਿਹੜੇ ਜ਼ਿਲ੍ਹੇ ਦੇ ਮੁੱਖ ਦਫ਼ਤਰਾਂ ਤੋਂ ਬੜੀ ਬੜੀ ਦੂਰ ਉਹਨਾਂ ਦਾ ਆਉਣਾ ਜਾਣਾ ਉਹਨਾਂ ਵਾਸਤੇ ਮੁਸ਼ਕਲ ਹੁੰਦਾ ਹੈ ਅਸੀਂ ਇੱਥੇ ਆ ਕੇ ਕੱਲੇ ਕੱਲੇ ਪਿੰਡ ਆ ਕੇ ਜਿਹੜੀ ਉਹਨਾਂ ਨੂੰ ਸਰਵਿਸਿਜ਼ ਦੇਣੀਆਂ ਨੇ ਪੁਲਿਸਿੰਗ ਦੀਆਂ ਉਹਨੂੰ ਬਿਹਤਰ ਕਰਨ ਵਾਸਤੇ ਇੱਥੇ ਇਹਨਾਂ ਦੇ ਦਰਸ਼ਨ ਇੱਥੇ ਆ ਕੇ ਕਰ ਰਹੇ ਹਾਂ ਇਸ ਦੇ ਨਾਲ ਨਾਲ ਜੋ ਬਾਰਡਰ ਏਰੀਏ ਨੂੰ ਜਿਹੜੀਆਂ ਇਹਨਾਂ ਨੂੰ ਮੁਸ਼ਕਲ ਆਉਂਦੀਆਂ ਨੇ ਜਾਂ ਸੈਂਸ ਆਫ ਸਿਕਿਉਰਿਟੀ ਨੂੰ ਅਸੀਂ ਇਨਕਰੀਜ਼ ਕਰਨ ਵਾਸਤੇ ਇਹਨਾਂ ਨੂੰ ਸਮੇਂ ਦੇ ਹਾਲਾਤਾਂ ਤੋਂ ਵੀ ਜਾਣੂ ਕਰਵਾ ਰਹੇ ਹਾਂ ਜਿ ਤਰ੍ਹਾਂ ਕਿ ਇਹਨਾਂ ਦਾ ਡਰੋਨ ਐਕਟੀਵਿਟੀ ਤੇ ਡਰੱਗ ਦੀ ਸਮਗਲਿੰਗ ਇਹੋ ਜਿਹੀਆਂ ਐਕਟੀਵਿਟੀਆਂ ਜਿਹੜੀਆਂ ਬਾਰਡਰ ਤੇ ਰਹਿਣ ਵਾਲੇ ਲੋਕਾਂ ਨੂੰ ਅਕਸਰ ਹੀ ਫੇਸ ਕਰਨੀਆਂ ਪੈਂਦੀਆਂ ਨੇ ਇਹਨਾਂ ਨੂੰ ਸੰਵੇਦਨਸ਼ੀਲ ਕਰਨਾ ਤੇ ਇਹਨਾਂ ਦੇ ਕਿਉਂਕਿ ਇਹ ਵੀ ਜਿਸ ਤਰ੍ਹਾਂ ਸਾਡੀ ਫੌਜ ਬੈਠੀ ਹੈ ਅਸੀਂ ਬੈਠੇ ਹਾਂ ਇਹ ਵੀ ਇੱਕ ਫੌਜੀ ਬਣ ਕੇ ਬਿਲਕੁਲ ਬਾਰਡਰ ਦੇ ਉੱਤੇ ਬੇਕਾਫ ਤੇ ਨਿਡਰ ਹੋ ਕੇ ਬੈਠੇ ਨੇ ਅਸੀਂ ਇਹਨਾਂ ਦੇ ਵਿੱਚ ਵੱਧ ਸਹਿਯੋਗ ਆਪਸੀ ਭਾਈਚਾਰਾ ਆਪਸੀ ਸਾਡਾ ਤਾਲਮਿਲ ਵਧਾ ਰਹੇ ਆ ਨੰਬਰ ਸ਼ੇਅਰ ਕਰ ਰਹੇ ਆ ਤੇ ਇਹਨਾਂ ਨੂੰ ਇਹੋ ਜਿਹੀਆਂ ਐਕਟੀਵਿਟੀਜ਼ ਤੋਂ ਜੇਕਰ ਇਹਨਾਂ ਦੇ ਨੋਟਿਸ ਵਿੱਚ ਆਉਂਦੀ ਹੈ ਕੋਈ ਮੰਨ ਲਓ ਡਰੋਨ ਐਕਟੀਵਿਟੀ ਹੋਈ ਕੋਈ ਇਹਨਾਂ ਨੂੰ ਕੋਈ ਆਵਾਜ਼ ਸੁਣੀ ਇਸ ਚੀਜ਼ ਦੀ ਕੋਈ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਡਰਾਪਿੰਗ ਕੋਈ ਚੀਜ਼ ਕੋਈ ਇਲਲੀਗਲ ਕੋਈ ਵਸਤੂ ਮਿਲਦੀ ਹੈ ਯਾ ਮਲੋ ਕੋਈ ਸਸਪੈਕਟਡ ਬੰਦੇ ਬਾਹਰੋਂ ਆਕੇ ਇੱਥੇ ਮੂਵਮੈਂਟ ਕਰਦੇ ਨੇ ਕੋਈ ਵਹੀਕਲ ਮੂਵ ਕਰਦੇ ਨੇ ਤਾਂ ਅਸੀਂ ਇਹਨਾਂ ਨੂੰ ਸੰਵੇਦਨਸ਼ੀਲ ਕਰ ਰਹੇ ਹਾਂ ਕਿ ਸਾਡੇ ਨਾਲ ਜਿਹੜਾ ਤੁਰੰਤ ਜਿਹੜਾ ਸੰਪਰਕ ਕੀਤਾ ਜਾਵੇ ਤੇ ਇਹੀ ਸਾਡਾ ਮਕਸਦ ਸੀ ਕਿ ਵੱਧ ਤੋਂ ਵੱਧ ਅਸੀਂ ਇਹਨਾਂ ਦੇ ਨਾਲ ਹੋਰ ਜ਼ਿਆਦਾ ਜਿਹੜੀ ਡੂੰਗੀ ਸਾਨ ਜਿਹੜੀ ਉਹ ਪੈਦਾ ਕਰਨੀ ਹੈ ਸਰ ਜਸਤਰ ਨਸ਼ੇੜੀ ਜੀ ਜੀ ਦੇਖੋ ਕਮੇਟੀਆਂ ਬਣਾਈਆਂ ਜਾਣ ਕਲੱਬ ਕਮੇਟੀਆਂ ਜਿਹੜੀਆਂ ਬਣਾਈਆਂ ਨੇ ਉਹਨਾਂ ਨੇ ਜਦ ਤੱਕ ਤੁਸੀਂ ਕਹਿ ਰਹੇ ਹੋ ਕਿ ਕਮੇਟੀ ਬਣਾਈ ਜਾਵੇ ਉਹ ਇਹੋ ਜੀ ਇਨਫਾਰਮੇਸ਼ਨ ਸਾਨੂੰ ਦੇਣ ਅਸੀਂ ਕਮੇਟੀ ਬਣਾਉਣੀ ਆ ਇਹਨਾਂ ਦੀ ਪਿੰਡ ਲੈਵਲ ਦੀ ਇਹਨਾਂ ਦੀ ਆਪਣੀ ਇੱਛਾ ਹੈ ਸਾਡਾ ਨੰਬਰ ਜਿਹੜੇ ਹੈਗੇ ਆ ਉਹ 181 ਨੰਬਰ ਹੋ ਗਿਆ 100 ਨੰਬਰ ਹੋ ਗਿਆ 112 ਨੰਬਰ ਹੋ ਗਿਆ ਜਾਂ ਅਸੀਂ ਡਾਇਰੈਕਟ ਇਹਨਾਂ ਦੇ ਨਾਲ ਕੀ ਇਹਨਾਂ ਦਾ ਲੋਕਲ ਪੁਲਿਸਿੰਗ ਜਿਹੜੀ ਆ ਉਹ ਡਾਇਰੈਕਟ ਇਹਨਾਂ ਨਾਲ ਤਾਲਮਿਲ ਕਰ ਰਹੇ ਆ ਕਿ ਉਹ ਕੀ ਮੈਨ ਟੂ ਮੈਨ ਸਾਨੂੰ ਕਿਸੇ ਕਿਸਮ ਦੀ ਵੀ ਉਹ ਇਤਲਾਹ ਦੇ ਸਕਦੇ ਨੇ ਇਹ ਕਲੱਬਸ ਬਣਾਉਣ ਖੇਡਾਂ ਨੂੰ ਉਤਸ਼ਾਹਿਤ ਕਰਨ ਅਸੀਂ ਇਹਨਾਂ ਦੇ ਨਾਲ ਜਿਹੜਾ ਇਹੋ ਜਿਹੀ ਐਕਟੀਵਿਟੀਜ਼ ਕਲੱਬ ਬਣਾਉਣੇ ਆ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਸਰ ਜਿੱਤਾ ਹੁਣ ਲੁੱਟਾਂ ਦੇਖੋ ਪੈਟ੍ਰੋਲਿੰਗਸ ਵੀ ਚੱਲ ਰਹੀਆਂ ਨੇ ਨਾਕਾਬੰਦੀ ਵੀ ਚੱਲ ਰਹੀ ਹੈ ਇਹ ਜਿਹੜਾ ਸਿਕਿਉਰਿਟੀ ਦਾ ਕੰਮ ਹੈ ਉਹ ਬਾਕੂਬੀ ਮਤਲਬ ਸਾਰਾ ਕੁਝ ਸੀਨੀਅਰ ਲੈਵਲ ਤੱਕ ਸਾਰਾ ਕੁਝ ਸੁਪਰਵਾਈਜ਼ ਹੋ ਰਿਹਾ ਹੈ ਕ੍ਰਾਈਮ ਜਿਹੜਾ ਕ੍ਰਾਈਮ ਕ੍ਰਾਈਮ ਦੀ ਜਿਹੜੀ ਆ ਦਰ ਆ ਕ੍ਰਾਈਮ ਕਦੀ ਵੀ ਸਮਾਜ ਚ ਕੰਪਲੀਟਲੀ 100% ਨਹੀਂ ਖਤਮ ਹੋਣਾ ਇਹ ਤੇ ਇਹ ਤੇ ਸਮੇਂ ਦੇ ਨਾਲ ਜਾਂ ਇਹਦੀ ਦਰ ਘਟਦੀ ਆ ਵੱਧਦੀ ਆ ਸਾਡਾ ਕੰਟਰੋਲ ਹੁੰਦਾ ਹੈ ਇਹਦੇ ਤੇ ਅਸੀਂ ਸਾਡੇ ਵੱਲੋਂ ਜਿਹੜਾ ਵਾ ਪੂਰਾ ਕੰਟਰੋਲ ਆ ਇਹਦੇ ਉੱਤੇ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਬਿਲਕੁਲ ਇਹਨੂੰ ਕ੍ਰਾਈਮ ਫਰੀ ਕਰਨ ਦੀ ਪੂਰੀ ਕੋਸ਼ਿਸ਼ ਹੈ ਸਾਡੀ ਥੈਂਕ ਯੂ ਸਰ